ਪੁਲਿਸ ਦੇ ਨਾਲ ਟਕਰਾਅ ਮੌਕੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਫਾਰਮ ਟਰੈਕ ਜੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟਾਇਰਾਂ ਦੇ ਵਿੱਚ ਤਿੱਖੀਆਂ ਕਿੱਲਾਂ ਵੜ ਗਈਆਂ ਔਰ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸ ਦਈਏ ਕਿ ਜਦੋਂ ਟੋਚਨ ਪਾ ਕੇ ਬੈਰੀਕੇਡ ਖਿੱਚਣ ਲੱਗੇ ਤਾਂ ਨੁਕਸਾਨਿਆ ਗਿਆ ਔਰ ਭਗਦੜ ਮੱਚ ਗਈ, ਜਿਸ ਮੌਕੇ ਇਹ ਟਰੈਕਟਰ ਆ ਜਿਹੜਾ ਨੁਕਸਾਨਿਆ ਗਿਆ। ਹਾਲਾਂਕਿ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਕਿਸਾਨ ਦੇ ਇਸ ਟਰੈਕਟਰ ਨੂੰ ਉਹ ਖੁਦ ਠੀਕ ਕਰਵਾ ਕੇ ਦੇਣਗੇ। ਤਾਂ ਦੱਸ ਦਈਏ ਕਿ ਕੱਲ੍ਹ ਬੁਰੀ ਤਰ੍ਹਾਂ ਟਕਰਾਅ ਹੋਇਆ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ। ਅਥਰੂ ਗੈਸ ਦੇ ਗੋਲੇ ਦਾਗੇ ਗਏ, ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ, ਜਿਸ ਦੇ ਨਾਲ ਕਈ ਕਿਸਾਨ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਦਾ ਲੱਖਾਂ ਰੁਪਏ ਦਾ ਟਰੈਕਟਰ ਆ ਜਿਹੜਾ ਨੁਕਸਾਨਿਆ ਗਿਆ। ਦੱਸ ਦਈਏ ਕਿ ਹੋਰ ਵੀ ਕਈ ਟਰੈਕਟਰ ਨੇ ਜਿਹੜੇ ਬੁਰੀ ਤਰ੍ਹਾਂ ਫੱਟੜ ਹੋਏ ਨੇ, ਬੁਰੀ ਤਰ੍ਹਾਂ ਕੰਡਮ ਹੋਏ ਨੇ ਟਕਰਾਅ ਦੇ ਮੌਕੇ। ਤਾਂ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਕਿਹਾ ਗਿਆ ਕਿ ਫਾਰਮ ਟਰੈਕ ਨੂੰ ਉਹ ਖੁਦ ਠੀਕ ਕਰਵਾ ਕੇ ਦੇਣਗੇ। ਤਾਂ ਕਿਸਾਨਾਂ ਨੇ ਰਬੜ ਦੀਆਂ ਗੋਲੀਆਂ ਵੀ ਦਿਖਾਈਆਂ, ਉਹ ਅਥਰੂ ਗੈਸ ਦੇ ਗੋਲੇ ਵੀ ਦਿਖਾਏ ਜੋ ਕਿਸਾਨਾਂ ਤੇ ਛੱਡੇ ਗਏ ਸੀ, ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਗੁੱਝੀਆਂ ਵੀ ਸੱਟਾਂ ਲੱਗੀਆਂ ਨੇ ਔਰ ਕਈਆਂ ਦੇ ਖੂਨ ਵੀ ਨਿਕਲ ਆਇਆ। ਦੱਸ ਦਈਏ ਕਿ ਕੰਡਮ ਹੋਏ ਟਰੈਕਟਰ ਨੂੰ ਰੇਸ਼ਮ ਸਿੰਘ ਅਨਮੋਲ ਖੁਦ ਠੀਕ ਕਰਵਾ ਕੇ ਦੇਣਗੇ। ਕੱਲ੍ਹ ਪੁਲਿਸ ਦੇ ਨਾਲ ਸ਼ੰਭੂ ਬਾਰਡਰ ਤੇ ਟਕਰਾਅ ਹੋਇਆ, ਉਸ ਮੌਕੇ ਨੁਕੀਲੇ ਜਿਹੜੇ ਕਿੱਲ ਸੀ ਉਹ ਟਰੈਕਟਰ ਦੇ ਟਾਇਰਾਂ ਦੇ ਵਿੱਚ ਵੜ ਗਏ, ਜਿਸ ਦੇ ਨਾਲ ਪੈਂਚਰ ਹੋ ਗਏ ਔਰ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।